ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਦੀਪ ਸਿੰਘ ਖੈੜਾ, ਜੋ ਲਗਾਤਾਰ 25 ਸਾਲ 6 ਮਹੀਨੇ ਤੋਂ ਭਾਰਤ ਸਰਕਾਰ ਦੀਆਂ ਦੋ ਜੇਲ੍ਹਾਂ ਵਿੱਚ ਬੰਦ ਰਿਹਾ। ਪਹਿਲਾਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ, ਸੈਂਟਰ ਜੇਲ੍ਹ ਗੁਲਬਰਗਾ ਕਰਨਾਟਕਾ ਬੰਦ ਰਿਹਾ, ਔਰ ਮੈਂ ਸਮੂਹ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਦਾ ਧੰਨਵਾਦ ਕਰਦਾ ਕਿ ਸਮੂਹ ਸੰਗਤਾਂ ਨੇ ਸਾਡੀਆਂ ਪੱਕੀਆਂ ਰਿਹਾਈਆਂ ਵਾਸਤੇ ਔਰ ਸਾਨੂੰ ਦੂਜੀਆਂ ਬਾਹਰ ਦੀਆਂ ਜੇਲ੍ਹਾਂ 'ਚੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਲਿਆਉਣ ਵਾਸਤੇ ਸਾਡੇ ਵਾਸਤੇ ਬਹੁਤ ਅਰਦਾਸ ਬੇਨਤੀਆਂ ਕੀਤੀਆਂ ਨੇ ਸਤਿਗੁਰ ਦੇ ਚਰਨਾਂ ਨੇ। ਉਹਨਾਂ ਦੀਆਂ ਅਰਦਾਸ ਬੇਨਤੀਆਂ, ਸੰਗਤਾਂ ਦੀ ਅਰਦਾਸ ਬੇਨਤੀਆਂ ਸਦਕਾ, ਔਰ ਸਿੱਖ ਰਿਲੀਫ ਫੰਡ ਅਤੇ UK ਵਾਲਿਆਂ ਦੇ ਭਾਈ ਬਲਬੀਰ ਸਿੰਘ ਜੀ ਬੈਸ, ਉਹ ਭਾਰਤ ਦੇ ਵਿੱਚ ਭਾਈ RP ਸਿੰਘ ਜੀ ਔਰ ਭਾਈ ਪਰਮਿੰਦਰ ਸਿੰਘ ਜੀ, ਜਿਹੜੇ ਸਾਡੇ ਕਰਨਾਟਕ ਜਾ ਕੇ ਮੁਲਾਕਾਤਾਂ ਵੀ ਕਰਦੇ ਰਹੇ ਆ, ਔਰ ਭਾਈ ਬਲਬੀਰ ਸਿੰਘ ਬੈਸ ਜੀ, ਜਿਨ੍ਹਾਂ ਨੇ 2002 'ਤੇ ਜਿਨ੍ਹਾਂ ਦੀ ਸਾਡੀ ਤਿਹਾੜ ਜੇਲ੍ਹ ਵਿੱਚ ਮੁਲਾਕਾਤ ਹੋਈ ਸੀ, ਉਦੋਂ ਤੋਂ ਲੈ ਕੇ ਉਹ ਸਾਡੀ ਜਿੱਥੇ ਹੋਰ ਵੀ ਸਿੰਘਾਂ ਦੀ ਮੈਕੀ ਤੌਰ 'ਤੇ ਵੀ ਮਦਦ ਕਰਦੇ ਰਹੇ ਆ, ਉਹ ਹਰ ਤਰ੍ਹਾਂ ਅਮਲ ਸਹਾਇਤਾ ਕਰਦੇ ਆ, ਔਰ ਇਸੇ ਤਰ੍ਹਾਂ ਇਹ ਸਾਡੀ ਜਿਹੜੀ ਪਰੋਲ ਹੁਣ 28 ਦਿਨ ਦੀ ਸਾਨੂੰ ਛੁੱਟੀ ਮਿਲੀ ਆ, ਇਹਨਾਂ ਨੇ ਪੂਰਾ ਸਿੱਖ ਰਿਲੀਫ ਫੰਡ ਵਾਲਿਆਂ ਭਾਈ ਬਲਬੀਰ ਸਿੰਘ ਜੀ ਬੈਸ UK ਔਰ ਭਾਈ RP ਸਿੰਘ ਜੀ ਔਰ ਭਾਈ ਪਰਮਿੰਦਰ ਸਿੰਘ ਜੀ, ਇਹਨਾਂ ਪੁਰ ਜ਼ੋਰ ਕਰਕੇ ਸਾਡੀ ਗਰੰਟੀ ਲੈ ਕੇ ਪ੍ਰਸ਼ਾਸਨ ਤੋਂ ਵੀ ਹਾਂ ਅਸੀਂ ਜ਼ਿੰਮੇਵਾਰ ਹਾਂ, ਤੁਸੀਂ ਛੁੱਟੀ ਜ਼ਰੂਰ ਦਿਓ, ਉਹਨਾਂ ਦੇ ਮਾਤਾ ਪਿਤਾ ਬਜ਼ੁਰਗ ਆ ਕੋਲ ਜ਼ਰੂਰ ਜਾਣਾ ਆਉਣਾ ਚਾਹੀਦਾ, ਉਹਨਾਂ ਦਾ ਆਉਣਾ ਬਹੁਤ ਜ਼ਰੂਰੀ ਹੈ। ਸੋ ਇਹਨਾਂ ਜ਼ਿੰਮੇਵਾਰੀ ਚੁੱਕ ਕੇ ਸਾਨੂੰ ਛੁੱਟੀ ਜੇ ਦਵਾਈ 28 ਦਿਨਾਂ ਦੀ, ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਸਮੂਹ ਸੰਗਤਾਂ ਦੇ, ਵਿਦੇਸ਼ਾਂ ਦੇਸ਼ਾਂ ਦੇ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਇੰਨਾ ਸਹਿਯੋਗ ਦਿੱਤਾ ਸਾਡੇ ਵਾਸਤੇ, ਅਰਦਾਸ ਬੇਨਤੀਆਂ ਕੀਤੀਆਂ। ਇਹਦੇ ਨਾਲ ਨਾਲ ਅਸੀਂ ਪੰਥ ਖਾਲਸਾ ਦਲ UK ਇੰਗਲੈਂਡ ਵਾਲੇ, ਉਹ ਸਾਨੂੰ ਸਵੇਰੇ ਮਿਲਣ ਵੀ ਆਏ ਸੀ ਸਿੰਘ, ਅਸੀਂ ਸਾਰਿਆਂ ਦੇ ਨਾਵਾਂ ਤੋਂ ਜਾਣੂ ਨਹੀਂ ਗਏ, ਉਹਨਾਂ ਦੇ ਨਾਲ ਭਾਈ ਜਸਵੀਰ ਸਿੰਘ ਰੋਡੇ ਆਏ ਸੀਗੇ, ਅਤੇ ਉਹਨਾਂ ਨੇ ਪੂਰਾ ਸਹਿਯੋਗ ਕੀਤਾ ਵਾ, ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ। ਹੋਰ ਵੀ ਜਿਨ੍ਹਾਂ ਅਸੀਂ ਕਿਸੇ ਦਾ ਨਾਂ ਨਾ ਲੈ ਸਕੇ, ਨਾ ਜਾਣਦੇ ਹੋਏ ਅੰਦਰ ਬੈਠਿਆ ਸਾਨੂੰ ਜ਼ਿਆਦਾ ਨਾ ਜਾਣਕਾਰੀ ਹੋਵੇ, ਅਤੇ ਜਿਨ੍ਹਾਂ ਨੇ ਵੀ ਸਾਡੀ ਰਿਹਾਈ ਵਾਸਤੇ, ਪਰੋਲ ਵਾਸਤੇ ਕੋਸ਼ਿਸ਼ਾਂ ਕੀਤੀਆਂ ਨੇ, ਸਭ ਦੇ ਬਹੁਤ ਬਹੁਤ ਧੰਨਵਾਦੀ ਹਾਂ। ਅਤੇ ਉਹਨਾਂ ਨੂੰ ਇਹ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਅੱਗੇ ਵਾਸਤੇ ਸਾਡੇ ਨਾਲ ਨਾਲ ਸਾਰੇ ਸੰਘਾਂ ਦੀਆਂ ਪੱਕੀਆਂ ਰਿਹਾਈਆਂ ਵਾਸਤੇ ਯਤਨਸ਼ੀਲ ਰਹਿਣ, ਉਹ ਸਰਕਾਰਾਂ 'ਤੇ ਜ਼ੋਰ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।